ਸਤਿ ਸ਼੍ਰੀ ਅਕਾਲ ਜੱਗੀ ਵੀਰੇ। ਸਤਿ ਸ਼੍ਰੀ ਅਕਾਲ। ਕੀ ਚਾਹੀਦਾ ਵੀਰੇ? ਇੱਕ ਦਰਜਨ ਆਂਡੇ ਦਿਓ। ਜੱਗੀ ਇੱਕ ਦਰਜਨ ਮੇਰੇ ਵੀ ਤੇ ਇੱਕ ਦਰਜਨ ਮੇਰੇ ਵੀ ਜੱਗੀ। ਵੀਰੇ ਇੱਕ ਬ੍ਰੈਡ ਵੀ ਦਿਓ। ਇੱਕ ਇੱਕ ਬ੍ਰੈਡ ਸਾਨੂੰ ਵੀ ਦੇ ਦਿਓ। ਵੀਰੇ ਇੱਕ ਚੂਹੇ ਮਾਰਨ ਵਾਲੀ ਦਵਾਈ ਦਿਓ। ਕੀ ਗੱਲ, ਜ਼ਹਿਰ ਨਹੀਂ ਲੈਣਾ? ਜ਼ਹਿਰ ਦੀ ਕੀ ਲੋੜ, ਤੂੰ ਇੱਕ ਵਾਰੀ ਉਦਾਂ ਹੀ ਸਾਡੇ ਨਾਲ ਪਿਆਰ ਨਾਲ ਹੱਸ ਕੇ ਦੇਖ ਲੈ, ਅਸੀਂ ਉਦਾਂ ਹੀ ਮਰ ਜਾਣਾ। ਫਿਰ ਆਂਡਿਆਂ ਦੀ ਵੀ ਕੀ ਲੋੜ ਹੈ? ਢਿੱਡ ਤਾਂ ਤੁਹਾਡਾ ਜੁੱਤੀਆਂ ਨਾਲ ਵੀ ਭਰ ਜਾਣਾ, ਇਹ ਕਿਸ ਕੰਮ ਆਣੀ ਹੈ? ਆ ਲੈ ਫਰਸੀਮਲ, ਨਾ ਡੰਗਰਾਂ ਦੇ ਮੂੰਹ ਨਾ ਲੱਗਿਆ ਕਰ ਤੂੰ। ਵੀਰੇ ਪੈਸੇ ਪੰਮੀ ਦੀ ਦੇ ਖਾਤੇ ਚ ਲਿਖ ਲੈ। ਠੀਕ ਹੈ, ਮੈਂ ਲਿਖ ਲੈਂਦਾ। ਹਟੋ ਪਿੱਛੇ। ਨਾ ਬੂਹਾ ਕਿਉਂ ਬੰਦ ਕੀਤਾ ਸੀ? ਕਰ ਕੀ ਰਿਹਾ ਸੀ ਤੂੰ ਅੰਦਰ? ਮੈਂ ਅੱਗੇ ਲੇਟ ਹੋ ਰਹੀ ਹਾਂ, ਮੈਂ ਤੈਨੂੰ ਪੁੱਛ ਰਹੀ ਹਾਂ, ਬੋਲਦਾ ਕਿਉਂ ਨਹੀਂ? ਚੱਲ ਛੇਤੀ ਤਿਆਰ ਹੋ, ਸਕੂਲ ਵੀ ਜਾਣਾ ਹੈ। ਕੀ ਹੋਇਆ? ਉਹ ਕੀ ਹੋਇਆ? ਛੱਡ ਮੈਨੂੰ, ਮੈਂ ਪਹਿਲਾਂ ਹੀ ਬਹੁਤ ਲੇਟ ਹੋ ਰਹੀ ਹਾਂ। ਦੱਸ ਹੋਇਆ ਕੀ? ਦੱਸ ਹੁਣ ਰੁਕ ਕਿਉਂ ਗਿਆ? ਮਾਸੀ ਜਦ ਤੂੰ ਆ ਰਹੀ ਸੀ ਤਾਂ ਭੋਰੇ ਦਾ ਬੂਹਾ ਖੁੱਲ੍ਹਾ ਸੀ ਅਤੇ ਹੁਣ ਬੰਦ ਆ। ਹਾਏ ਓਏ ਰੱਬਾ, ਦੁਖੀ ਕਰਤਾ ਇਸ ਮੁੰਡੇ ਨੇ ਤਾਂ। ਚੱਲ ਆ ਦੇਖਦੇ ਹਾਂ, ਦੇਖਦੇ ਹਾਂ ਕੀ ਹੈ ਇਹਦੇ 'ਚ। ਆ ਜਾ, ਅੰਦਰ ਜਾਣ ਤੋਂ ਤਾਂ ਮੈਂ ਵੀ ਡਰਦੀ ਹਾਂ, ਆਪਾਂ ਬਾਹਰੋਂ ਹੀ ਦੇਖਾਂਗੇ, ਠੀਕ ਹੈ? ਅੰਦਰ ਐਡੇ ਵੱਡੇ ਵੱਡੇ ਚੂਹੇ ਹੈ। ਆਹ ਦੇਖ, ਚੂਹੇ ਨੇ ਬ੍ਰੈਡ ਖਾ ਕੇ ਸਿੱਟੀ ਹੈ। ਮੈਂ ਚੂਹੇ ਮਾਰਨ ਵਾਲੀ ਦਵਾਈ ਲੈ ਕੇ ਆਈ ਹਾਂ, ਦੀਦੀ ਨੂੰ ਕਹਿ ਕੇ ਪਵਾ ਦੂੰਗੀ ਇਹਨਾਂ ਨੂੰ। ਇਹਨਾਂ ਦਾ ਤਾਂ ਕੰਮ ਹੋਜੂ, ਤੂੰ ਛੇਤੀ ਛੇਤੀ ਤਿਆਰ ਹੋ।